ਮਲੇਰਕੋਟਲਾ ਵਣ ਵਿਭਾਗ ਦੀ ਅਣਗਹਿਲੀ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਵੱਲੋਂ ਸੜਕਾਂ ਤੇ ਹਰੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ। ਅਜਿਹਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪਿੰਡ ਸਹੀਕੇ ਦੇ ਡਰੇਨ ਤੇ ਤੋਲੇਵਾਲਾ ਦੇ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਹਰੇ ਦਰਖਤ ਕੱਟੇ ਜਾ ਰਹੇ ਨੇ। ਇਸ ਬਾਰੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਸਹੀਕੇ ਨੇ ਆਖਿਆ ਕਿ ਇਸ ਬਾਰੇ ਮਲੇਰਕੋਟਲਾ ਵਣ ਵਿਭਾਗ ਦੇ ਅਫਸਰ ਰਮਨਦੀਪ ਸਿੰਘ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਅਤੇ ਵਿਭਾਗ ਅਫਸਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿੱਤਾ ਗਿਆ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।